ਨੈਚੁਰਲ ਵਿਜ਼ਨ ਸੈਂਟਰ ਪਟਿਆਲਾ। ਦੋਸਤੋ ਇਸ ਵੇਲੇ ਮੈਂ ਮੌਜੂਦ ਹਾਂ ਨੈਚੁਰਲ ਵਿਜ਼ਨ ਸੈਂਟਰ ਪਟਿਆਲਾ। ਦੇਖੋ ਡਾਕਟਰ ਵਿਰਕ ਸਾਹਿਬ ਨਾਲ ਅਸੀਂ ਤੁਹਾਨੂੰ ਨਿਤ ਰੂਬਰੂ ਕਰਵਾਉਂਦੇ ਹਾਂ। ਅੱਜ ਵੀ ਡਾਕਟਰ ਸਾਹਿਬ ਦੇ ਕੋਲ ਅਸੀਂ ਪਟਿਆਲਾ ਦੇ ਵਿੱਚ ਪਹੁੰਚੇ ਹਾਂ। ਇੱਥੇ ਅਮਰੀਕਾ ਤੋਂ ਪੇਸ਼ੈਂਟ ਆਏ ਹੋਏ ਨੇ ਭੁਪਿੰਦਰ ਸਿੰਘ, ਉਹਨਾਂ ਦਾ ਇਲਾਜ ਚੱਲ ਰਿਹਾ ਸੀ ਡਾਕਟਰ ਸਾਹਿਬ ਕੋਲ। ਉਹਨਾਂ ਨਾਲ ਥੋੜ੍ਹੀ ਗੱਲਬਾਤ ਕਰਵਾਵਾਂਗੇ ਕਿ ਦੱਸਾਂਗੇ ਉਹ ਪੇਸ਼ੈਂਟ ਜਿਹਨੂੰ ਕਿੰਨੇ ਸਾਲਾਂ ਤੋਂ ਇਲਾਜ ਚੱਲਦਾ ਸੀ ਪਰ ਅੱਖਾਂ ਤੋਂ ਦਿਸਦਾ ਨਹੀਂ ਸੀ, ਹੁਣ ਉਹ ਅਮਰੀਕਾ ਖੁਸ਼ੀ ਖੁਸ਼ੀ ਜਾਣਗੇ, ਅੱਖਾਂ ਦੀ ਰੋਸ਼ਨੀ ਉਹਨਾਂ ਦੀ ਮੁੜ ਪਰਤ ਆਈ। ਅੱਜ ਤੁਹਾਨੂੰ ਲੈ ਚੱਲਦੇ ਹਾਂ ਡਾਕਟਰ ਵਿਰਕ ਸਾਹਿਬ ਅਤੇ ਪੇਸ਼ੈਂਟ ਮਰੀਜ਼ ਭੁਪਿੰਦਰ ਸਿੰਘ ਕੋਲ। ਸਤਿ ਸ਼੍ਰੀ ਅਕਾਲ, ਯੂਟਿਊਬ ਚੈਨਲ ਨੈਚੁਰਲ ਵਿਜ਼ਨ ਸੈਂਟਰ 'ਤੇ ਤੁਹਾਡਾ ਸਵਾਗਤ। ਮੈਂ ਗੁਰਵਿੰਦਰ ਸਿੰਘ। ਦੋਸਤੋ ਹਰ ਵਾਰ ਦੀ ਤਰ੍ਹਾਂ ਅੱਜ ਫਿਰ ਮੈਂ ਇੱਕ ਵਾਰ ਡਾਕਟਰ ਵਿਕਰਮਜੀਤ ਸਿੰਘ ਵਿਰਕ ਦੀ ਕਲੀਨਿਕ ਨੈਚੁਰਲ ਵਿਜ਼ਨ ਸੈਂਟਰ 'ਤੇ ਪਹੁੰਚਿਆ। ਅੱਜ ਜੋ ਸਾਡੇ ਤੁਹਾਡੇ ਨਾਲ ਜੁੜਨ ਦਾ ਸਬੱਬ ਹੈ, ਇਹ ਸਬੱਬ ਇੱਕ ਅਹਿਮ ਵਿਸ਼ਾ ਹੈਗਾ। ਅਹਿਮ ਵਿਸ਼ਾ ਕੀ ਹੈ ਤੁਹਾਨੂੰ ਦੱਸਾਂਗੇ। ਸਾਡੇ ਨਾਲ ਪੇਸ਼ੈਂਟ ਨੇ ਅਤੇ ਡਾਕਟਰ ਸਾਹਿਬ ਨੇ, ਡਾਕਟਰ ਵਿਕਰਮਜੀਤ ਸਿੰਘ ਵਿਰਕ ਨੇ ਸਾਡੇ ਨਾਲ ਅਤੇ US ਅਮਰੀਕਾ ਤੋਂ ਆਏ ਹੋਏ ਭੁਪਿੰਦਰ ਸਿੰਘ ਨੇ। ਭੁਪਿੰਦਰ ਸਿੰਘ ਉਹਨਾਂ ਨੂੰ ਸ਼ੂਗਰ ਕਰਕੇ ਅੱਖਾਂ ਦੀ ਪ੍ਰੋਬਲਮ ਆ ਗਈ ਅਤੇ ਅੱਖਾਂ ਦੀ ਨਿਗਾਹ ਬਿਲਕੁਲ ਜਾਂਦੀ ਰਹੀ। ਅੱਗੇ ਦੀ ਜਿਹੜੀ ਕਹਾਣੀ ਆ ਆਪਾਂ ਭੁਪਿੰਦਰ ਸਿੰਘ ਹੋਰਾਂ ਤੋਂ ਜਾਣਾਂਗੇ ਕਿ ਕਿਵੇਂ ਇਸ ਬਿਮਾਰੀ ਦਾ ਇਜ਼ਾਫਾ ਹੁੰਦਾ, ਫਿਰ ਵਾਧਾ ਹੁੰਦਾ ਇਜ਼ਾਫੇ ਦੇ ਵਿੱਚ ਅਤੇ ਪ੍ਰੋਬਲਮ ਇੱਥੋਂ ਤੱਕ ਆ ਜਾਂਦੀ ਕਿ ਅੱਖਾਂ ਦੀ ਰੋਸ਼ਨੀ ਬਿਲਕੁਲ ਚਲੀ ਜਾਂਦੀ ਆ, ਦੇਖਣਾ ਅੱਖਾਂ ਤੋਂ ਬਿਲਕੁਲ ਬੰਦ ਹੋ ਜਾਂਦਾ। ਪਰ ਉਸ ਤੋਂ ਪਹਿਲਾਂ ਸਾਡੇ ਨਾਲ ਡਾਕਟਰ ਵਿਕਰਮਜੀਤ ਸਿੰਘ ਵਿਰਕ ਨੇ ਜਿਹੜੀ ਇਨਫੋਰਮੇਸ਼ਨ ਹੈਗੀ ਆ ਭੁਪਿੰਦਰ ਸਿੰਘ ਦੀ, ਕਿਵੇਂ ਪਹੁੰਚੇ, ਕਿਵੇਂ ਇਲਾਜ ਚੱਲਿਆ, ਕਿੰਨਾ ਸਮਾਂ ਇਲਾਜ ਚੱਲਿਆ, ਭੁਪਿੰਦਰ ਸਿੰਘ ਹੋਰਾਂ ਤੋਂ ਵੀ ਜਾਣਾਂਗੇ, ਡਾਕਟਰ ਸਾਹਿਬ ਤੋਂ ਵੀ ਆਪਾਂ ਜਾਣਾਂਗੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਨੈਚੁਰਲ ਵਿਜ਼ਨ ਸੈਂਟਰ ਚੈਨਲ 'ਤੇ ਜੀ। ਧੰਨਵਾਦ ਜੀ। ਡਾਕਟਰ ਸਾਹਿਬ ਭੁਪਿੰਦਰ ਸਿੰਘ ਹੋਰ ਅਮਰੀਕਾ ਤੋਂ ਆਏ ਨੇ, ਕਿਵੇਂ ਤੁਹਾਡੇ ਕੋਲ ਪਹੁੰਚੇ, ਕੀ ਕੀ ਸਮੱਸਿਆ ਸੀ? ਇਹਨਾਂ ਨੂੰ ਜੀ 40-50 ਸਾਲ ਤੋਂ ਸ਼ੂਗਰ ਦੀ ਪ੍ਰੋਬਲਮ ਸੀ ਅਤੇ ਸ਼ੂਗਰ ਵਧਣ ਦੇ ਕਾਰਨ ਹੌਲੀ ਹੌਲੀ ਇਹਨਾਂ ਦੀ ਨਿਗਾਹ ਘੱਟਦੀ ਗਈ ਅਤੇ ਉਸ ਤੋਂ ਬਾਅਦ ਇਹਨਾਂ ਨੇ USA ਤੋਂ ਇਲਾਜ ਕਰਵਾਇਆ ਅਤੇ ਇੰਜੈਕਸ਼ਨ ਵਗੈਰਾ ਲੱਗੇ, ਸਾਲ ਡੇਢ ਸਾਲ ਉੱਥੋਂ ਇੰਜੈਕਸ਼ਨ ਲੱਗਦੇ ਰਹੇ, ਪਰ ਮੰਥ ਇੰਜੈਕਸ਼ਨ ਲੱਗਦਾ ਹੁੰਦਾ ਉਹਦੇ ਨਾਲ ਜੋ ਪਿੱਛੇ ਪੜਦੇ 'ਤੇ ਸਵੈਲਿੰਗ ਗਏ ਜਾਂ ਪਿੱਛੇ ਪੜਦੇ 'ਤੇ ਜੇ ਉਹਨਾਂ ਸ਼ੂਗਰ ਦੇ ਕਾਰਨ ਖੂਨ ਜੰਮ ਜਾਂਦਾ ਉਹਨੂੰ ਸਪਰੈਡ ਕਰਨ ਵਾਸਤੇ ਉਹ ਲਗਾਏ ਜਾਂਦੇ ਅਤੇ ਉਹਨਾਂ ਨਾਲ ਇੰਜੈਕਸ਼ਨ ਲਾਉਣ ਨਾਲ ਜਾਂ ਇਹਨਾਂ ਨੂੰ ਜਿਹੜੇ ਲੇਜ਼ਰ ਕਰਵਾਏ ਉਹਨਾਂ ਨੂੰ ਕੋਈ ਬੈਨੀਫਿਟ ਨਹੀਂ ਮਿਲਿਆ, ਫਿਰ ਨਿਗਾਹ ਹੌਲੀ ਹੌਲੀ ਘੱਟਦੀ ਘੱਟਦੀ ਬਿਲਕੁਲ ਘੱਟ ਗਈ ਅਤੇ ਇਹਨਾਂ ਨੇ ਫਿਰ ਕਿਤੇ ਉੱਥੇ ਯੂਟਿਊਬ 'ਤੇ ਕੋਈ ਆਪਣੇ ਮਰੀਜ਼ਾਂ ਨਾਲ ਸਾਡੇ ਇੰਟਰਵਿਊ ਦੇਖੀ, ਹਕੀਕਤ TV 'ਤੇ ਕਹਿੰਦੇ ਅਸੀਂ ਇੰਟਰਵਿਊ ਦੇਖੀ ਅਤੇ ਉਹ ਵੇਖ ਕੇ ਅਤੇ ਇਹਨਾਂ ਨੇ ਫੋਨ ਕਰਕੇ ਅਤੇ ਇੱਥੇ ਸਾਡੇ ਕੋਲ ਆਏ ਅਤੇ ਆਉਣ ਤੋਂ ਬਾਅਦ ਇਹ 4th ਮਹੀਨੇ ਇੱਥੇ ਆਏ ਸੀ ਅਤੇ ਅੱਜ 2022 ਨੂੰ ਅਤੇ ਅੱਜ ਇਹਨਾਂ ਦੀ ਨਜ਼ਰ ਜਾਣੀ ਕਿ ਇੱਕ ਅੱਖ ਦੀ ਤਾਂ 50% ਬਣ ਗਈ ਜੀ ਜੋ ਬਿਲਕੁਲ ਡੈਡ ਸੀ ਅਤੇ ਇੱਕ ਜੋ ਦੂਸਰੀ ਅੱਖ ਹੈ 15-20% ਉਹਦੀ ਵੀ ਨਜ਼ਰ ਬਣ ਚੁੱਕੀ, ਦੋਨੋਂ ਅੱਖਾਂ ਦੀ ਰੋਸ਼ਨੀ ਬਿਲਕੁਲ ਖਰਾਬ ਹੋ ਚੁੱਕੀ। ਅਮਰੀਕਾ ਦੇ ਵਿੱਚ ਕਿੰਨਾ ਕੁ ਲੰਮਾ ਸਮਾਂ ਇਲਾਜ ਚੱਲਿਆ? ਇਹ ਕਾਫੀ ਦੇਰ ਤੋਂ ਇਲਾਜ ਕਰਾ ਰਹੇ ਜੀ, ਕਿਉਂ ਸ਼ੂਗਰ ਜਿਹਨੂੰ ਵੀ ਰੈਟਨੋਪੈਥੀ ਦੀ ਪ੍ਰੋਬਲਮ ਹੋ ਗਈ, ਸ਼ੂਗਰ ਦੇ ਨਾਲ ਰਟੀਨਾ ਦੀ ਪ੍ਰੋਬਲਮ ਹੋ ਗਈ ਅਤੇ ਉਹ ਇਲਾਜ ਕਰਾਉਣਾ ਹੀ ਪਊਗਾ। ਕਾਫੀ ਲੰਮਾ ਸਮਾਂ ਇਲਾਜ ਅਮਰੀਕਾ ਦੇ ਵਿੱਚ ਚੱਲਿਆ, ਪਰ ਤੁਹਾਡੇ ਕੋਲ 2022 ਦੇ 4th ਮਹੀਨੇ ਤੱਕ ਆਏ ਸੀ ਅਤੇ ਹੁਣ ਕਲੈਰਿਟੀ ਹੈ। ਹਾਂਜੀ, ਹੁਣ ਇਹਨਾਂ ਦੀ ਨਜ਼ਰ ਜਾਣੀ ਕਿ ਅੱਜ ਤੁਹਾਡੇ ਸਾਹਮਣੇ 9ਵਾਂ ਮਹੀਨਾ ਅਤੇ ਅੱਜ ਇਹਨਾਂ ਨੇ ਟਿਕਟ ਬੁੱਕ ਕਰਵਾ ਲਈ ਇਹਨਾਂ ਜਾਣਾ ਅਤੇ ਹੁਣ ਇਹਨਾਂ ਦੀ 50% ਦੇ ਕਰੀਬ ਰੋਸ਼ਨੀ ਬਣ ਗਈ। ਰੋਸ਼ਨੀ ਬਣ ਗਈ ਜੀ। ਦੋਸਤੋ ਭੁਪਿੰਦਰ ਸਿੰਘ ਜੀ ਸਾਡੇ ਨਾਲ ਬੈਠੇ ਨੇ, ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ, ਸਾਰੇ ਸਮਝਾਂਗੇ ਕਿ ਆਖਰ ਦੇਖੋ ਕਹਿੰਦੇ ਕਿ ਅਸੀਂ ਯੂਟਿਊਬ ਚੈਨਲ ਦੇ ਡਾਕਟਰ ਸਾਹਿਬ ਦੇ ਇੱਕ ਪੇਸ਼ੈਂਟ ਨਾਲ ਮੁਲਾਕਾਤ ਅਤੇ ਕਿ ਉੱਥੋਂ ਦੇਖ ਕੇ ਅਸੀਂ ਆਏ, ਉਸ ਤੋਂ ਜਿਹੜੀ ਅਗਲੇਰੀ ਕਹਾਣੀ ਹੈਗੀ ਹੈ ਉਹ ਅਸੀਂ ਆਓ ਭੁਪਿੰਦਰ ਸਿੰਘ ਹੋਰਾਂ ਤੋਂ ਜਾਣਦੇ ਹਾਂ। ਦੋਸਤੋ ਅਮਰੀਕਾ ਤੋਂ ਆਏ ਹੋਏ ਭੁਪਿੰਦਰ ਸਿੰਘ ਹੁਣ ਮੇਰੇ ਨਾਲ ਨੇ, ਆਪਾਂ ਸਮਝਾਂਗੇ ਸਾਰੀ ਗੱਲਬਾਤ। ਭੁਪਿੰਦਰ ਸਿੰਘ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਬਹੁਤ ਬਹੁਤ ਧੰਨਵਾਦ ਜੀ ਆਪਦੇ ਚੈਨਲ ਦਾ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਭੁਪਿੰਦਰ ਸਿੰਘ ਜੀ ਜਿਹੜੀ ਅੱਖ ਦੀ ਤੁਹਾਨੂੰ ਪ੍ਰੋਬਲਮ ਸੀ ਆਹ ਕਿਵੇਂ ਸ਼ੁਰੂ ਹੋਈ? ਇਹ ਜੀ ਮੇਰੀ ਜਿਹੜੀ ਰਾਈਟ ਅੱਖ ਸੀ, ਸੱਜੀ ਅੱਖ, ਉਹ ਪਹਿਲਾਂ ਤੋਂ ਇਹ ਬਹੁਤ ਵਧੀਆ ਸੀ ਅਤੇ ਖੱਬੀ ਕਮਜ਼ੋਰ ਸੀ ਅਤੇ ਮੈਂ ਪਹਿਲਾਂ ਪਟਿਆਲੇ ਤੋਂ ਸਰਦਾਰ ਧਨਵੰਤ ਸਿੰਘ ਉਹਨਾਂ ਤੋਂ ਓਪਰੇਸ਼ਨ ਕਰਾਇਆ ਸੀ
ਉਦੋਂ ਸਟਿਲ ਅਲਾਈਵ ਸੀਗੇ ਜਿਹੜੇ ਹੈਗੇ ਸੀ, ਡਿਸ ਐਕਸਪਾਇਰ ਨਹੀਂ ਸੀ ਹੋਏ। ਅਤੇ ਉਦੋਂ ਬਾਅਦ ਮੈਂ ਡਾਕਟਰ ਆਪਣੇ ਅੰਮ੍ਰਿਤਸਰ ਸਾਹਿਬ ਆਪਣੇ ਜਿਹੜੇ ਡਾਕਟਰ ਦਲਜੀਤ ਸਿੰਘ ਉਹਨਾਂ ਕੋਲੋਂ ਇਹ ਓਪਰੇਸ਼ਨ ਕਰਵਾਏ ਸੀ। ਹਾਂਜੀ, ਡਾਕਟਰ ਦਲਜੀਤ ਸਿੰਘ ਖਬੜੇ ਅੰਮ੍ਰਿਤਸਰ ਵਾਲੇ? ਹਾਂਜੀ ਹਾਂਜੀ ਹਾਂਜੀ। ਅਤੇ ਉਦੋਂ ਬਾਅਦ ਜੀ ਅਚਾਨਕ ਮੈਨੂੰ ਸ਼ੂਗਰ ਦਾ ਅਟੈਕ ਹੋ ਗਿਆ। ਜਿਹੜੀ ਮੇਰੀ ਸੱਜੀ ਅੱਖ ਸੀ ਉਹਦੇ ਉੱਤੇ ਇੰਨਾ ਇਫੈਕਟ ਹੋਇਆ ਕਿ ਉਹ ਬਿਲਕੁਲ ਜੀਰੋ ਜੀਰੋ ਆਈਸਾਈਟ ਰਹਿ ਗਈ ਸੀ ਉਹਦੀ। ਅਤੇ ਤੁਹਾਨੂੰ ਵਿਰਕ ਸਾਹਿਬ ਬਾਰੇ ਯੂਟਿਊਬ 'ਤੇ ਪਤਾ ਲੱਗਾ? ਹਾਂਜੀ। ਜਦੋਂ ਤੁਸੀਂ ਦੇਖਿਆ ਪਹਿਲੀ ਵਾਰ ਵੀਡੀਓ ਦੇਖੀ ਕਿ ਕਿਵੇਂ ਪੇਸ਼ੈਂਟ ਨਾਲ ਗੱਲਬਾਤ ਕਰ ਰਹੇ ਨੇ, ਪੇਸ਼ੈਂਟ ਇਸ ਗੱਲ ਨੂੰ ਲੈ ਕੇ ਖੁਸ਼ ਨੇ ਕਿ ਅਸੀਂ ਡਾਕਟਰ ਵਿਰਕ ਸਾਹਿਬ ਦੇ ਆਏ ਦੇ ਇੱਥੇ ਆ ਕੇ ਸਾਨੂੰ ਕਾਫੀ ਫਰਕ ਮਹਿਸੂਸ ਹੋਇਆ ਅਤੇ ਸਾਡੀ ਨਿਗਾਹ ਬਣ ਗਈ। ਜਦੋਂ ਪਹਿਲੀ ਵਾਰ ਤੁਸੀਂ ਵੀਡੀਓ ਦੇਖੀ, ਕਿਉਂਕਿ ਲੰਮਾ ਸਮਾਂ ਤੁਸੀਂ ਇਲਾਜ ਕਰਵਾਇਆ ਆਪਣਾ ਅੱਖ ਦਾ, ਬਾਹਰੋਂ ਵੀ ਕਰਾਇਆ ਇੱਥੋਂ ਵੀ ਕਰਾਇਆ, ਤੁਸੀਂ ਵੱਡੇ ਡਾਕਟਰ ਨੇ, ਡਾਕਟਰ ਦਲਜੀਤ ਸਿੰਘ ਅੰਮ੍ਰਿਤਸਰ ਵਾਲੇ, ਤਾਂ ਖੈਰ ਦੁਨੀਆ 'ਚ ਨਹੀਂ ਰਹੇ ਉਹ, ਉਹਨਾਂ ਦਾ ਵੀ ਤੁਸੀਂ ਜ਼ਿਕਰ ਕੀਤਾ। ਜਦੋਂ ਤੁਸੀਂ ਪਹਿਲੀ ਵਾਰ ਵੀਡੀਓ ਦੇਖੀ ਯੂਟਿਊਬ ਦੇ ਉੱਤੇ, ਤੁਹਾਡੇ ਮਨ ਦੇ ਵਿੱਚ ਕੀ ਆਇਆ, ਕਿਹੜੀ ਗੱਲ ਚੱਲੀ? ਮੇਰੇ ਮਨ 'ਚ ਇਹ ਆਇਆ ਕਿ ਜੀ ਬਈ ਜਾਣੀ ਫਰੂਕੀ ਸਾਹਿਬ ਨੇ ਇਹਨਾਂ ਕੋਲ ਪੇਸ਼ੈਂਟ ਡਿਫਰੈਂਟ ਡਿਫਰੈਂਟ ਏਰੀਆ ਤੋਂ ਆ ਕੇ ਬੈਠੇ ਸੀਗੇ। ਇਹਨਾਂ ਨੇ ਇਕੱਲੇ ਇਕੱਲੇ ਫਰੂਕੀ ਸਾਹਿਬ ਨੇ ਇਕੱਲੇ ਇਕੱਲੇ ਪੇਸ਼ੈਂਟ ਨੂੰ ਦੇ ਨਾਲ ਇਹਨਾਂ ਨਾਲ ਗੱਲਬਾਤ ਕਰਾਈ ਅਤੇ ਇਕੱਲੇ ਇਕੱਲੇ ਪੇਸ਼ੈਂਟ ਨੂੰ ਪੁੱਛਿਆ, ਜਿਨ੍ਹਾਂ ਦੀ ਕਿ ਬਹੁਤ ਕਾਫੀ ਚਿਰ ਤੋਂ ਹੀ ਨਿਗਾਹ ਕਾਫੀ ਸਾਲਾਂ ਤੋਂ ਬੰਦ ਸੀ। ਕੁਛ ਪੇਸ਼ੈਂਟ ਉਹਨਾਂ ਦੇ ਵਿੱਚ ਸਾਡੇ ਉੱਥੇ USA ਤੋਂ ਆਏ ਹੋਏ ਸੀ ਅਮੈਰੀਕਾ ਤੋਂ, ਅਤੇ ਉਹਨਾਂ ਨੇ ਦੱਸਿਆ ਕਿ ਸਾਡੀ ਜੀ ਨਿਗਾਹ ਮਤਲਬ ਅਸੀਂ ਵੀ ਅਮੈਰੀਕਾ ਦੇ ਵਿੱਚ ਟੀਕੇ ਵੀ ਲਾਉਂਦੇ ਸੀ, ਸਭ ਕੁਛ ਕਰਦੇ ਸੀ, ਕਿ ਜਦੋਂ ਅਸੀਂ ਇੱਥੇ ਆ ਕੇ ਇਹਨਾਂ ਨੂੰ ਸੁਣਿਆ ਤਾਂ ਸਾਨੂੰ ਹੁਣ ਸਾਡੀ ਨਿਗਾਹ ਠੀਕ ਹੋ ਗਈ ਅਤੇ ਅਸੀਂ ਬੜੇ ਖੁਸ਼ੀ ਖੁਸ਼ੀ ਅਮੈਰੀਕਾ ਨੂੰ ਚੱਲੇ ਹਾਂ। ਹਾਂਜੀ, ਤੁਸੀਂ ਖੁਸ਼ੀ ਖੁਸ਼ੀ ਚੱਲੇ ਹੋ? ਹਾਂਜੀ ਹਾਂਜੀ। ਅਤੇ ਦੇਖੋ ਲੰਮਾ ਸਮਾਂ ਤੁਸੀਂ ਇਲਾਜ ਦੇ ਵਿੱਚ ਰਹੇ, ਖਾਸ ਕਰਕੇ ਕਿਤੇ ਨਾ ਕਿਤੇ ਸਾਡੇ ਲੋਕਾਂ ਦਾ ਐਲੋਪੈਥੀ ਦੇ ਵਿੱਚ ਵਿਸ਼ਵਾਸ ਜ਼ਿਆਦਾ ਬਣਦਾ, ਆਯੁਰਵੈਦਿਕ ਸਾਡਾ ਵਿਸ਼ਵਾਸ ਘੱਟ ਬਣਦਾ। ਹੁਣ ਤੁਸੀਂ ਲੋਕਾਂ ਨੂੰ ਆਯੁਰਵੈਦਿਕ ਪ੍ਰਤੀ ਮੈਸੇਜ ਕਿਸ ਤਰ੍ਹਾਂ ਦਾ ਦਿਓਗੇ? ਹਾਂਜੀ, ਮੈਂ ਕਹਿੰਦਾ ਜੀ ਜਿੱਥੇ ਵੀ ਤੁਹਾਨੂੰ ਜਿਹੜੀ ਅੱਖਾਂ ਗਈਆਂ ਦਾ ਜਹਾਨ ਗਿਆ, ਕੰਨ ਗਏ ਤਾਂ ਰਾਗ ਗਿਆ, ਦੰਦ ਗਏ ਤਾਂ ਸਵਾਦ ਗਿਆ, ਸਿਆਣਿਆਂ ਨੇ ਸਹੀ ਗੱਲਾਂ ਕਹੀਆਂ, ਜੇ ਤੁਹਾਡੀ ਆਈ ਸਾਈਡ ਨਹੀਂ ਹੈ ਤੁਸੀਂ ਦੁਨੀਆ ਨਾਲੋਂ ਟੱਚ ਆਫ ਹੋ ਜਾਂਦੇ ਹਾਂ, ਤੁਹਾਡੇ ਵਾਸਤੇ ਦੁਨੀਆ ਹੈ ਜਾਂ ਨਹੀਂ ਹੈ ਕੋਈ ਰਿਸ਼ਤਾ ਨਹੀਂ, ਕੋਈ ਕੁਛ ਨਹੀਂ ਹੈ, ਇਸ ਕਰਕੇ ਜਿਹੜੀਆਂ ਅੱਖਾਂ ਆ ਉਹ ਬਹੁਤ ਇੰਪੋਰਟੈਂਟ ਆ। ਜੇ ਤੁਹਾਨੂੰ ਕਿਤੋਂ ਵੀ ਕੋਈ ਹੈਲਪ ਮਿਲਦੀ ਆ ਉੱਥੇ ਜ਼ਰੂਰ ਕਰ, ਇੱਕ ਇਲਾਜ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਐਲੋਪੈਥਿਕ 'ਤੇ ਬਿਲੀਵ ਕਰਕੇ ਉਹਨੂੰ ਉਹ ਨਜਾਇਜ਼ ਆਪਣੇ ਪੈਸੇ ਖਰਾਬ ਕਰੀ ਜਾਓ, ਅਤੇ ਜੇ ਇਸ ਤਰ੍ਹਾਂ ਕੋਈ ਮਤਲਬ ਕੋਈ ਨੈਚੁਰਲ ਬੀਜਨ ਜਿਸ ਤਰ੍ਹਾਂ ਇਹ ਆ ਦੇਸੀ ਇਲਾਜ ਵੀ ਜ਼ਰੂਰ ਸਾਡੇ ਇੰਡੀਆ 'ਚ ਦੂਰ ਹੋ ਰਹੇ ਉਹ ਕਰਵਾਉਣੇ ਚਾਹੀਦੇ ਆ। ਹਾਂਜੀ ਬਿਲਕੁਲ। ਹਾਂਜੀ ਦੋਸਤੋ, ਮੇਰੇ ਨਾਲ ਭੁਪਿੰਦਰ ਸਿੰਘ ਸੀ, ਅਮਰੀਕਾ ਤੋਂ ਆਏ, ਡਾਕਟਰ ਵਿਰਕ ਸਾਹਿਬ ਤੋਂ ਇਲਾਜ ਕਰਵਾਇਆ, ਅੱਖ ਦੀ ਸਮੱਸਿਆ ਸੀ, ਵੱਡੇ ਵੱਡੇ ਡਾਕਟਰਾਂ ਤੋਂ ਇਲਾਜ ਕਰਵਾਇਆ। ਹਾਂਜੀ, ਇਲਾਜ ਕਰਵਾਉਣ ਤੋਂ ਬਾਅਦ ਸ਼ੂਗਰ ਦਾ ਅਟੈਕ ਆ ਗਿਆ, ਜਿਸ ਕਰਕੇ ਨਿਗਾਹ ਜਾਂਦੀ ਰਹੀ ਯੂਟਿਊਬ ਤੋਂ, ਡਾਕਟਰ ਸਾਹਿਬ ਬਾਰੇ ਦੇਖਿਆ, ਨੈਚੁਰਲ ਵਿਜ਼ਨ ਸੈਂਟਰ ਤੋਂ ਯੂਟਿਊਬ 'ਤੇ ਗੱਲਬਾਤ ਦੇਖੀ ਅਤੇ ਉਸ ਤੋਂ ਬਾਅਦ ਇੱਥੇ ਪਹੁੰਚ ਕੀਤੀ। ਅੱਜ ਖੁਸ਼ੀ ਖੁਸ਼ੀ ਅਮਰੀਕਾ ਨੂੰ ਚੱਲੇ ਨੇ, ਦਿਲ ਤਾਂ ਪੂਰਾ ਖੁਸ਼ ਹੋਣਾ ਤੁਹਾਡਾ? ਹਾਂਜੀ ਹਾਂਜੀ ਬਿਲਕੁਲ ਜੀ, ਕਿਉਂਕਿ ਸਰੀਰ ਤੋਂ ਉੱਪਰ ਕੀ ਹੁੰਦਾ? ਹਾਂਜੀ, ਸਰੀਰ ਤੋਂ ਉੱਪਰ ਕੋਈ ਕੁਛ ਨਹੀਂ ਜੀ ਹੈ। ਹਾਂਜੀ, ਕੋਈ ਧੀ ਨਹੀਂ ਪੁੱਛਦਾ, ਕੋਈ ਮਾਂ ਨਹੀਂ, ਕੋਈ ਭੈਣ ਨਹੀਂ, ਕੋਈ ਕੁਛ ਨਹੀਂ ਬਸ। ਹਾਂਜੀ, ਫਿਰ ਤਾਂ ਜੀ ਉਹ ਪਰਮਾਤਮਾ ਕਿਸੇ ਰੂਪ 'ਚ, ਡਾਕਟਰ ਦੇ ਰੂਪ 'ਚ ਜਾਂ ਕਿਸੇ ਵੀ ਸ਼ਕਲ 'ਚ ਸਹਾਈ ਹੁੰਦਾ, ਜਿੱਦਾਂ ਗ੍ਰੰਥ ਸਾਹਿਬ ਜੀ ਲਿਖਿਆ, ਜਾਂ ਮਾਤ ਪਿਤਾ ਸੁੱਤ ਮੀਤ ਨਾ ਭਾਈ ਊਹਾਂ ਨਾਮ ਸੰਗ ਹੋਏ ਤੇਰੇ ਸਾਈ, ਗੁਰੂ ਅਰਜਨ ਦੇਵ ਕਹਿੰਦੇ ਆ, ਉੱਥੇ ਤੇਰੇ ਪਰਮਾਤਮਾ ਦੀ ਸ਼ਕਤੀ ਕਿਸੇ ਬੰਦੇ ਦੇ ਸਰੂਰ ਇਨਸਾਨ ਨੂੰ ਇਨਸਾਨ ਕੋ ਲੈ ਕੇ ਜਾਂਦੀ। ਬਿਲਕੁਲ, ਭੁਪਿੰਦਰ ਸਿੰਘ ਜੀ ਨੇ ਦੱਸਿਆ ਕਿ ਜੇਕਰ ਤੁਹਾਡਾ ਸਰੀਰ ਤੁਹਾਡੇ ਨਾਲ ਸਹਿਜ ਹੈਗਾ ਤਾਂ ਤੁਹਾਡੇ ਧੀਆਂ ਪੁੱਤ ਜਿਹੜੇ ਹੈਗੇ ਨੇ ਉਹ ਤੁਹਾਡੀ ਕੁਛ ਪ੍ਰਤੀਤ ਕਰਨਗੇ, ਨਹੀਂ ਆਪਣੇ ਜਦੋਂ ਆਪਣਾ ਸਰੀਰ ਹੀ ਸਾਥ ਛੱਡ ਜੇ ਤਾਂ ਫਿਰ ਦੂਜੇ ਨੇ ਸਾਥ ਕੀ ਦੇਣਾ। ਸੋ ਅੱਜ ਖੁਸ਼ੀ ਖੁਸ਼ੀ ਚੱਲੇ ਨੇ, ਡਾਕਟਰ ਵਿਰਕ ਸਾਹਿਬ ਦੀ ਮਿਹਰਬਾਨੀ, ਸਤਿਕਾਰ, ਧੰਨਵਾਦ। ਇਫ ਯੂ ਲਾਈਕ ਦਿਸ ਵੀਡੀਓ, ਸਬਸਕ੍ਰਾਈਬ ਦ ਚੈਨਲ, ਲਾਈਕ ਐਂਡ ਸ਼ੇਅਰ ਦਿਸ ਵੀਡੀਓ।